ਅਕਾਲੀ ਦਲ ਵੱਲੋਂ ਕਿਨਾਰਾ ਕੀਤੇ ਜਾਣ ਤੋਂ ਬਾਅਦ ਸੁਰਜੀਤ ਕੌਰ ਨੇ ਅੰਮ੍ਰਿਤਪਾਲ ਤੋਂ ਮੰਗਿਆ ਸਾਥ। ਸਿਮਰਜੀਤ ਸਿੰਘ ਮਾਨ ਤੇ ਸਰਬਜੀਤ ਖਾਲਸਾ ਨਾਲ ਵੀ ਕਰਨਗੇ ਮੁਲਾਕਾਤ। ਅਕਾਲੀ ਦਲ ਨੇ ਜਲੰਧਰ ਵੈਸਟ ਲਈ ਐਲਾਨਿਆ ਸੀ ਉਮੀਦਵਾਰ। ਅੱਜ ਦੁਪਹਿਰ 3 ਵਜੇ ਵੱਡੀ ਪ੍ਰੈਸ ਕਾਨਫਰੰਸ ਕਰੇਗਾ ਅਕਾਲੀ ਦਲ ਦਾ ਬਾਗੀ ਧੜਾ। ਚੰਦੂ ਮਾਜਰਾ, ਮਲੂਕਾ, ਰੱਖੜਾ, ਢੀਂਡਸਾ ਸਮੇਤ ਤਮਾਮ ਲੀਡਰ ਰਹਿਣਗੇ ਮੌਜੂਦ। ਅਕਾਲੀ ਦਲ ਦੇ ਆਪਰੇਸ਼ਨ ਲੋਟਸ ਦੇ ਇਲਜ਼ਾਮਾਂ 'ਤੇ ਬੀਜੇਪੀ ਦਾ ਪਲਟਵਾਰ। ਮਨਜਿੰਦਰ ਸਿਰਸਾ ਬੋਲੇ, ਆਪਣੀਆਂ ਨਾਕਾਮੀਆਂ ਦਾ ਸਾਡੇ ਸਿਰ ਨਾ ਮੜਨ ਇਲਜ਼ਾਮ। ਚੋਣਾਂ 'ਚ ਸਾਬਤ ਹੋਇਆ ਸਿੱਖਾਂ ਨੇ ਅਕਾਲੀ ਦਲ ਨੂੰ ਨਕਾਰੇ। ਬਗਾਵਤ ਚੱਲ ਰਹੇ ਅਕਾਲੀ ਦਲ ਤੇ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ। ਕਾਂਗਰਸ ਬੋਲੀ, ਜੋ ਬੀਜਿਆ ਉਹੀ ਪੈ ਰਿਹਾ ਵੱਢਣਾ, ਤਾਂ ਆਪ ਦਾ ਤਿੱਖਾ ਤੰਜ। ਕਾਰਪੋਰੇਟ ਕੰਪਨੀ ਵਾਂਗ ਪਾਰਟੀ ਚਲਾ ਰਹੇ ਸੁਖਬੀਰ ਬਾਦਲ। ਦਿੱਲੀ ਨਗਰ ਨਿਗਮ 'ਚ ਜ਼ੋਰਦਾਰ ਹੰਗਾਮਾ। ਬੀਜੇਪੀ ਨੇ ਹਾਊਸ ਅੰਦਰ ਕੀਤਾ ਜ਼ਬਰਦਸਤ ਪ੍ਰਦਰਸ਼ਨ। ਮਿੱਟੀ ਦੇ ਘੜੇ ਲੈ ਕੇ ਪਹੁੰਚੇ ਬੀਜੇਪੀ ਕੌਂਸਲਰ। ਜਲ ਸੰਕਟ ਨੂੰ ਲੈ ਕੇ ਆਪ ਸਰਕਾਰ ਖਿਲਾਫ਼ ਪ੍ਰਦਰਸ਼ਨ। ਦਿੱਲੀ ਦੀ ਕੈਬਨਿਟ ਮੰਤਰੀ ਆਪਜੀ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ। ਵੀਲ ਚੇਅਰ 'ਤੇ ਬੈਠ ਕੇ ਹਸਪਤਾਲ ਤੋਂ ਨਿਕਲੇ। ਭੁੱਖ ਹੜਤਾਲ ਦੌਰਾਨ ਸਿਹਤ ਵਿਗੜਨ ਦੇ ਚੱਲਦੇ ਹਸਪਤਾਲ 'ਚ ਕੀਤਾ ਗਿਆ ਸੀ ਦਾਖਲ। ਐਮਰਜੈਂਸੀ ਨੂੰ ਲੈ ਕੇ ਰਾਸ਼ਟਰਪਤੀ ਦਾ ਵੱਡਾ ਬਿਆਨ। ਕਿਹਾ, ਲੋਕਤੰਤਰ 'ਤੇ ਸਭ ਤੋਂ ਵੱਡਾ ਹਮਲਾ ਸੀ ਐਮਰਜੈਂਸੀ। ਦੇਸ਼ 'ਚ ਮੱਚੀ ਸੀ ਹਾਹਾਕਾਰ। ਅੱਜ ਦਾ ਸਮਾਂ ਭਾਰਤ ਲਈ ਅਨੁਕੂਲ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਪਈਆਂ ਮੌਨਸੂਨ ਦੀਆਂ ਬੁਛਾੜਾਂ। ਪਹਿਲੇ ਮੀਂਹ ਨੇ ਹੀ ਖੋਲ੍ਹੀ ਇੰਤਜ਼ਾਮਾਂ ਦੀ ਪੋਲ। ਕਈ ਸ਼ਹਿਰ ਹੋਏ ਜਲ ਤਰ। ਸ਼ੇਅਰ ਬਾਜ਼ਾਰ 'ਚ ਰਿਕਾਰਡ ਤੋੜ ਤੇਜ਼ੀ। ਸੈਂਸੈਕਸ 79,000 ਤੋਂ ਪਾਰ, ਤਾਂ ਨਿਫਟੀ ਨੇ ਬਣਾਇਆ ਰਿਕਾਰਡ ਪਹਿਲੀ ਵਾਰ 24,000 ਦੇ ਪਾਰ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਅਕਾਲੀ ਦਲ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸੁਰਜੀਤ ਕੌਰ ਦਾ। ਅਕਾਲੀ ਦਲ ਵੱਲੋਂ ਸੁਰਜੀਤ ਕੌਰ ਤੋਂ ਕਿਨਾਰਾ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਹੁਣ ਅੰਮ੍ਰਿਤਪਾਲ ਸਿੰਘ ਦਾ ਸਾਥ ਮੰਗਿਆ ਹੈ। ਸੁਰਜੀਤ ਕੌਰ ਨੇ ਕਿਹਾ ਹੈ ਕਿ ਉਹ ਸਿਮਰਨਜੀਤ ਸਿੰਘ ਮਾਨ ਤੇ ਸਰਬਜੀਤ ਸਿੰਘ ਖਾਲਸਾ ਦੇ ਨਾਲ ਵੀ ਰਾਬਤਾ ਕਰਨਗੇ। ਸੁਰਜੀਤ ਕੌਰ ਵੱਲੋਂ ਅੱਜ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਰਬਜੀਤ ਸਿੰਘ ਖਾਲਸਾ ਤੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਮੁਲਾਕਾਤ ਕਰਾਂਗੇ। ਉਹਨਾਂ ਕਿਹਾ ਕਿ ਛੇਤੀ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਦੇ ਨਾਲ ਮੈਂ ਮਿਲੂਗੀ। ਅੰਮ੍ਰਿਤਪਾਲ ਸਿੰਘ ਅਤੇ ਖਾਲਸਾ ਦੇ ਪਰਿਵਾਰ ਦੇ ਨਾਲ ਮੈਂ ਜਾ ਕੇ ਮੁਲਾਕਾਤ ਕਰਾਂਗੀ। ਉਹਨਾਂ ਕਿਹਾ ਕਿ ਮੈਂ ਚੋਣ ਲੜਨਾ ਚਾਹੁੰਦੀ ਹਾਂ ਪਰ ਮੇਰੇ ਕੋਲ 1 ਰੁਪਇਆ ਵੀ ਨਹੀਂ ਹੈ। ਅਕਾਲੀ ਦਲ ਨੇ ਜਲੰਧਰ ਵੈਸਟ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਸੁਰਜੀਤ ਕੌਰ ਤੋਂ ਕਿਨਾਰਾ ਕੀਤਾ ਹੈ ਔਰ ਸੁਰਜੀਤ ਕੌਰ ਹੁਣ ਅੰਮ੍ਰਿਤਪਾਲ ਸਿੰਘ ਦਾ, ਸਿਮਰਨਜੀਤ ਸਿੰਘ ਮਾਨ ਦਾ, ਸਰਬਜੀਤ ਸਿੰਘ ਖਾਲਸਾ ਦਾ ਸਾਥ ਮੰਗ ਰਹੇ ਨੇ। ਸੋ ਸੁਰਜੀਤ ਕੌਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਅਗਲੇ ਦਿਨਾਂ ਦੇ ਵਿੱਚ ਮੁਲਾਕਾਤ ਕੀਤੀ ਜਾਏਗੀ। ਇਸ ਤੋਂ ਇਲਾਵਾ ਸਰਬਜੀਤ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕੀਤੀ ਜਾਏਗੀ, ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਜਾਏਗੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਮੇਰੇ ਤੋਂ ਕਿਨਾਰਾ ਕਰ ਲਿਆ ਔਰ ਮੈਂ ਪਰ ਇਹ ਚੋਣ ਲੜਨਾ ਚਾਹੁੰਦੀ ਹਾਂ ਔਰ ਮੈਂ ਇਹ ਚੋਣ ਲੜਾਂਗੀ। ਸੁਰਜੀਤ ਕੌਰ ਵੱਲੋਂ ਇਹ ਗੱਲ ਕਹੀ ਗਈ ਹੈ ਔਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੋਂ ਸਾਥ ਮੰਗਿਆ ਗਿਆ ਹੈ। ਉਹਨਾਂ ਕਿਹਾ ਹੈ ਕਿ ਮੈਂ ਅਗਲੇ ਦਿਨਾਂ 'ਚ ਅੰਮ੍ਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਾਂਗੀ। ਸੋ ਉਹਨਾਂ ਕਿਹਾ ਕਿ ਪਾਰਟੀ ਨੇ ਬੇਸ਼ੱਕ ਮੇਰਾ ਸਾਥ ਛੱਡ ਦਿੱਤਾ ਹੈ ਪਰ ਮੈਨੂੰ ਹਾਲੇ ਵੀ ਜਿਹੜੀਆਂ ਦੂਸਰੀਆਂ ਧਿਰਾਂ ਨੇ
ਸਿੱਖ ਧਿਰਾਂ ਨੇ ਉਹਨਾਂ ਤੋਂ ਮੈਨੂੰ ਆਸ ਹੈ। ਸੋ ਸੁਰਜੀਤ ਕੌਰ ਤੇ ਇਲਜ਼ਾਮ ਲੱਗੇ ਬਾਗੀ ਧਿਰਾਂ ਦੇ ਨਾਲ ਰਾਬਤਾ ਰੱਖਣ ਦੇ ਜਾਂ ਬਾਗੀ ਧਿਰਾਂ ਦੇ ਨਾਲ ਉਹਨਾਂ ਦਾ ਸਹਿਚਾਰ ਹੋਣ ਤੇ, ਔਰ ਇਸੇ ਦੇ ਚੱਲਦੇ ਅਕਾਲੀ ਦਲ ਨੇ ਸੁਰਜੀਤ ਕੌਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਹਾਲਾਂਕਿ ਅਕਾਲੀ ਦਲ ਹਲੇ ਕਿਹੜੇ ਉਮੀਦਵਾਰ ਨੂੰ ਸਮਰਥਨ ਕਰੇਗਾ ਇਹ ਦੇਖਣਾ ਹੋਏਗਾ, ਪਰ ਸੁਰਜੀਤ ਕੌਰ ਨੇ ਹੁਣ ਇਹ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੇ ਕਿਹਾ ਹੈ ਕਿ ਮੈਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਾਂਗੀ, ਮੈਂ ਸਿਮਰਜੀਤ ਮਾਨ ਦੇ ਨਾਲ ਮੁਲਾਕਾਤ ਕਰਾਂਗੀ, ਸਰਬਜੀਤ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕਰਾਂਗੀ, ਔਰ ਉਹਨਾਂ ਤੋਂ ਸਮਰਥਨ ਮੰਗਾਂਗੀ ਕਿ ਇਹਨਾਂ ਚੋਣਾਂ ਦੇ ਵਿੱਚ ਇਹ ਪਰਿਵਾਰ ਉਹਨਾਂ ਨੂੰ ਸਮਰਥਨ ਕਰ। ਕਹਿ ਸਕਦੇ ਕਿ ਉਮੀਦਵਾਰ ਲਈ ਤਿਆਰੀਆਂ ਚੱਲਦੀ ਪਈ ਹੈ, ਡੋਰ ਟੂ ਡੋਰ ਚੱਲਦਾ ਪਿਆ, ਅਤੇ ਪਤਾ ਲੱਗਦਾ ਪਿਆ ਕਿ ਜਿਹੜੀ ਲੋਕਲ ਲੀਡਰਸ਼ਿਪ ਉਹਨੇ ਮਦਦ ਨਹੀਂ ਕਰਨਾ, ਕਿੱਦਾਂ ਰਿਐਕਸ਼ਨ ਸੀ? ਅਸੀਂ ਤਾਂ ਇਲੈਕਸ਼ਨ ਲੜਾਂਗੇ, ਸਾਡੀ ਮਦਦ ਜਿਹਨੇ ਵੀ ਕਰਨੀ ਕਰ ਸਕਦੇ ਨੇ, ਕਿਉਂਕਿ ਜਦੋਂ ਪਾਰਟੀ ਨੇ ਸਾਨੂੰ ਕਿਹਾ ਵੀ ਅਸੀਂ ਪੈਸੇ ਲਾਵਾਂਗੇ, ਤੁਸੀਂ ਇਲੈਕਸ਼ਨ ਲੜੋ, ਅਸੀਂ ਤਾਂ ਉਹਨਾਂ ਦੇ ਮੁਤਾਬਕ ਇਲੈਕਸ਼ਨ ਲੜ ਰਹੇ ਸੀ ਵੀ ਚਲੋ ਪੈਸੇ ਲਾਣਗੇ। ਹੁਣ ਉਹਨਾਂ ਨੇ ਕੱਲ੍ਹ ਸਾਨੂੰ ਕਿਹਾ ਵੀ ਅਸੀਂ ਪੈਸੇ ਨਹੀਂ ਲਾਵਾਂਗੇ, ਅਤੇ ਅਸੀਂ ਮੈਨੂੰ ਕਹਿੰਦੇ ਜ਼ਬਰਦਸਤੀ ਵੀ ਸੈਨ ਕਰੋ, ਮੈਂ ਕਿਹਾ ਸੈਨ ਨਹੀਂ ਕਰਨੇ ਅਸੀਂ। ਮੰਨਣ ਸਿਆਹ ਨੇ ਮੇਰੇ ਨਾਲ ਬਹੁਤ ਜ਼ਬਰਦਸਤੀ ਕੀਤੀ, ਕਹਿੰਦੇ ਵੀ ਤੁਸੀਂ ਸੈਨ ਕਰੋ, ਮੈਂ ਕਿਹਾ ਸੈਨ ਨਹੀਂ ਮੈਂ ਕਰਨੇ, ਚਾਹੇ ਜੋ ਮਰਜ਼ੀ ਹੋ ਜਾਵੇ। ਜਥੇਦਾਰ ਜੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ, ਉਹ ਬਹੁਤ ਸੇਵਾ ਕੀਤੀ, ਜੇਲ੍ਹਾਂ ਕੱਟੀਆਂ, ਉਹਨਾਂ ਦੇ ਕਰਕੇ ਮੈਂ ਆਪਣੀ ਬਲਾਦਰੀ ਕਰਕੇ ਸੈਨ ਨਹੀਂ ਕਰਨੇ, ਅਸੀਂ ਇਲੈਕਸ਼ਨ ਲੜਾਂਗੇ। ਕਹਿੰਦੇ ਕਾਗਜ਼ ਲੈ ਕੇ ਪਹੁੰਚ ਗਏ ਸੀ, ਉਹ ਕੀ ਸੀਗਾ? ਕਾਗਜ਼ ਅਸੀਂ ਕੋਈ ਨਹੀਂ ਨਹੀਂ ਉਹ ਮੰਨੂ ਸਾਹਿਬ ਨੇ ਕਾਗਜ਼ ਲੈ ਕੇ ਉਹ ਨਕਲੀ ਕਾਗਜ਼ ਉਹਨਾਂ ਨੇ ਜੀ ਇਹਦੇ ਬੜੀ ਜਾਲੀ ਐਪਲੀਕੇਸ਼ਨ ਲਿਖ ਕੇ ਨੇ ਆਪਣੇ ਵੱਲੋਂ ਬੀਬੀ ਜੀ ਨਾਮ ਤੇ ਜਾਲੀ ਐਪਲੀਕੇਸ਼ਨ ਲਿਖ ਕੇ, ਜਾਲੀ ਸੈਨ ਕਰਕੇ ਬੀਬੀ ਜੀ ਤੇ ਉਹਨਾਂ ਨੇ, ਤੇ ਇਲੈਕਸ਼ਨ ਵਾਪਸ ਕਰਨ ਦੀ ਆਪਣੀ ਫਾਈਲ ਵਾਪਸ ਕਰਨ ਦੀ ਉੱਥੇ ਉਹਨਾਂ ਸਾਜਿਸ਼ ਕੀਤੀ ਸੀ। ਜਿੱਥੇ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ, ਅਸੀਂ ਉੱਥੇ ਆਰ ਓ ਸਾਹਿਬ ਨੂੰ ਜਾਂ ਕਮਿਸ਼ਨ ਸਾਹਿਬ ਨੂੰ ਸਿੱਧਾ ਕਿਹਾ ਕਿ ਅਸੀਂ ਇਲੈਕਸ਼ਨ ਵਾਪਸ, ਅਸੀਂ ਇਲੈਕਸ਼ਨ ਲੜਨੀ ਹੈ ਜੀ। ਸਾਈਨ ਫਿਰ ਇਹ ਤਾਂ ਮੰਨੂ ਸਾਹਿਬ ਨੇ ਆਪਣੇ ਸਾਈਨ ਕੀਤੇ ਇੱਕ ਜਗ੍ਹਾ 'ਤੇ, ਇੱਕ ਜਗ੍ਹਾ ਤੁਹਾਡਾ ਨਾਮ ਵੀ ਲਿਖਿਆ, ਇਹ ਤੁਸੀਂ ਕਿਤੇ? ਉਹ ਮੇਰੇ ਸਿਆਨ ਨਹੀਂ ਹੈਗੇ, ਇਹ ਤਾਂ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੇ ਐਪਲੀਕੇਸ਼ਨ, ਇਹ ਤਾਂ ਅਸੀਂ ਉੱਥੇ ਟੇਬਲ 'ਤੇ ਐਪਲੀਕੇਸ਼ਨ ਪਈ ਸੀ ਉੱਥੇ ਚੱਕੀ ਹੈ। ਸ਼ਿਕਾਇਤ ਦਓਗੇ ਹੁਣ ਜਾ ਕੇ? ਹਾਂਜੀ ਅਸੀਂ ਸ਼ਿਕਾਇਤ ਕਰਾਂਗੇ, ਪਰਚਾ ਕਰਾਂਗੇ ਅਸੀਂ। ਪਾਰਟੀ ਕਹਿੰਦੀ ਸੀ ਪੈਸੇ ਲਾਵਾਂਗੇ, ਅਤੇ ਹੁਣ ਪਾਰਟੀ ਨੇ ਪੈਸੇ ਨਹੀਂ ਲਾਣੇ, ਫਿਰ ਕਿੱਦਾਂ ਚੱਲੂ ਕੰਮ? ਸਾਰੇ ਸਾਡੀ ਹੈਲਪ ਕਰਨ, ਅਸੀਂ ਇਲੈਕਸ਼ਨ ਲੜਾਂਗੇ। ਕਿੰਨਾ ਕਿੰਨਾ ਨੂੰ ਅਪੀਲ ਕਰ ਚੁੱਕੇ ਹੋ ਤੁਸੀਂ ਹਜੇ ਤੱਕ ਜਾਂ ਫਿਰ ਕਰਨੀ ਹੈ? ਹੁਣ ਕਰ ਚੁੱਕੇ, ਸਾਰੇ ਸੋਹਣੀ ਲੈਣਗੇ ਵੀ ਕਹਿ ਰਹੇ ਨੇ। ਫਿਲਹਾਲ ਕਿਹਨੂੰ ਤੁਸੀਂ ਕਰਨਾ ਚਾਹੋਗੇ, ਕਿਉਂਕਿ ਬਹੁਤ ਸਾਰੇ ਹੋਰ ਵੀ ਕਹਿ ਸਕਦੇ ਜਥੇਬੰਦੀਆਂ, ਜਾਂ ਫਿਰ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ? ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਜਿਹੜੇ ਸਾਰੇ ਸਿੱਖ ਸਰਦਾਰ ਸਾਡੇ ਭਾਈਚਾਰੇ ਨੂੰ, ਸਾਰਿਆਂ ਨੂੰ ਅਪੀਲ ਕਰਾਂਗੇ ਵੀ ਸਾਡੀ, ਹਾਂਜੀ ਉਹ ਸਾਰਿਆਂ ਨੇ ਸੋਹਣੀ ਲਿਆ ਵੀ ਜੋ ਸਿੱਖਿਆ। ਹੋਰ ਕਿੰਨਾ ਕਿੰਨਾ ਨੂੰ ਕਰਨਾ ਚਾਹੁੰਦੇ ਸਾਡੇ ਪਾਰਟੀ ਵਾਲੇ? ਅਸੀਂ ਸਾਰੇ ਇਲਾਕਿਆਂ ਵਾਸਤੇ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਦੇਖੋ ਜੀ ਇਲੈਕਸ਼ਨ ਜਿਹੜੀ ਹੈਗੀ ਨਾ, ਅੱਜ ਦੇ ਦੌਰ 'ਚ ਤਾਂ ਪੈਸਿਆਂ ਨਾਲ ਲੜੀ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਜੋ ਰਿਵਾਜ਼ ਬਣ ਗਿਆ ਲੋਕ ਇੱਥੇ, ਅੱਜ ਕੱਲ੍ਹ ਤਾਂ ਇਲੈਕਸ਼ਨ ਵੋਟਾਂ ਵਾਸਤੇ ਲੋਕ ਦਾਰੂ ਰਾਸ਼ਨ ਕੱਪੜੇ ਮੰਡਦੇ ਨੇ, ਠੀਕ ਹੈ? ਅਸੀਂ ਤਾਂ ਨਾ ਇਹਨੇ ਯੋਗੇ ਹੈਗੇ ਹਾਂ, ਨਾ ਇਹ ਸਧਾਰਨ ਪਰਿਵਾਰ, ਮੈਂ ਇਹਨੇ ਯੋਗਾ ਹੈਗਾ। ਪਰ ਕਿਹਨਾਂ ਨੂੰ ਅਪੀਲ ਕੀਤੀ ਤੁਸੀਂ ਜਿਸ ਤਰ੍ਹਾਂ? ਅਸੀਂ ਦੇਖੋ ਜਿਹੜਾ ਸਾਰੇ ਰਾਜਪੂਤ ਭਾਈਚਾਰੇ ਨੂੰ, ਜਿੰਨੇ ਸਾਡੇ ਜਲੰਧਰ ਸ਼ਹਿਰ ਦੀਆਂ ਸਿੱਖ ਸਭਾਵਾਂ ਗੁਰਦੁਆਰਾ ਸਾਹਿਬ ਨੂੰ, ਉਹਨਾਂ ਨੂੰ ਤੇ ਸਾਰੇ ਇਲਾਕਿਆਂ ਨੂੰ, ਆਸੀਆਂ ਨੂੰ, ਭਾਈ ਅੰਮ੍ਰਿਤਪਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਕਰ ਰਹੇ ਹਾਂ, ਅਸੀਂ ਸਾਰੇ ਜਗ੍ਹਾ ਨੂੰ ਅਪੀਲ ਕਰ ਰਹੇ ਹਾਂ ਜੀ। ਨਾਮ ਤੁਸੀਂ ਕਿੰਨਾ ਕਿੰਨਾ ਨੂੰ ਕਰ ਰਹੇ ਤੁਸੀਂ? ਅਸੀਂ ਸਾਰਿਆਂ ਨੂੰ ਕਰ ਰਹੇ, ਸਾਰੇ ਭਾਈਚਾਰੇ ਨੂੰ ਕਰ ਰਹੇ ਹਾਂ, ਸਾਰੇ ਇਲਾਕਿਆਂ ਵਾਸੀਆਂ ਨੂੰ ਕਰ ਰਹੇ ਹਾਂ। ਜਿੰਨੇ ਤੁਸੀਂ ਜਿਸ ਤਰ੍ਹਾਂ ਪੀਸੀ 'ਚ ਗੱਲ ਕੀਤੀ ਕਿ ਭਾਈ ਅੰਮ੍ਰਿਤਪਾਲ ਉਹਨਾਂ ਦੇ ਪਰਿਵਾਰ ਨੂੰ ਜਾਂ ਫਿਰ ਹੋਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਕਰ ਰਹੇ, ਇੱਦਾਂ ਕਿੰਨਾ ਕਿੰਨਾ ਨੂੰ ਕਰ ਰਹੇ ਹਾਂ ਅਪੀਲ? ਮੈਂ ਤੁਹਾਨੂੰ ਇਹੀ ਕਹਿਣਾ ਕਿ ਅਸੀਂ ਕੋਈ ਪਰਟੀਕੁਲਰ ਇੱਕ ਬੰਦੇ ਨੂੰ ਅਪੀਲ ਨਹੀਂ ਕਰ ਰਹੇ, ਅਸੀਂ ਪੂਰੇ ਇਲਾਕਿਆਂ ਵਾਸੀਆਂ ਨੂੰ, ਅਸੀਂ ਪੂਰੇ ਸ਼ਹਿਰ ਨੂੰ ਅਪੀਲ ਕਰ ਰਹੇ ਹਾਂ ਕਿ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਇਹ ਗਰੀਬ ਪਰਿਵਾਰ ਹੈ, ਠੀਕ ਹੈ, ਇਹਨਾਂ ਦੀ ਮਦਦ ਕੀਤੀ ਜਾਵੇ, ਅਤੇ ਇਲੈਕਸ਼ਨ 'ਚ ਜੋ ਇਹਨਾਂ ਧੱਕਾ ਕੀਤਾ, ਕਿਉਂਕਿ ਇੱਕ ਪਾਰਟੀ ਆਪਾਂ ਕਹਿੰਦੇ ਸਾਡੀ ਮਾਂ ਪਾਰਟੀ ਹੈ, ਇੱਕ ਬੰਦੇ ਨੇ 40 ਸਾਲ ਆਪਣੀ ਜ਼ਿੰਦਗੀ ਇੱਕ ਪਾਰਟੀ ਨੂੰ ਦੇ ਦਿੱਤੇ, ਆਪਣੀ ਮਾਂ ਨੂੰ ਦੇ ਦਿੱਤੇ, ਠੀਕ ਹੈ, ਇਹ ਤਾਂ ਪਿੱਛੇ ਛੁਰਾ ਮਾਰਦੇ ਪਏ ਹਾਂ, ਅਤੇ ਜੇ ਐਸੀ
ਸਾਰੇ ਜਿਹੜੀ ਸਾਜਿਸ਼ ਹੈ ਮੰਨਣ ਸਾਹਿਬ ਦੀ ਕੀਤੀ ਹੋਈ ਹੈ ਜੀ, ਕਿਉਂਕਿ ਉਹ ਚਾਹੁੰਦੇ ਸੀ ਚੋਣ ਕਿੱਦਾਂ ਲੜੀ ਜਾਵੇ ਸਵਾਲ? ਚੋਣ ਦੇਖੋ ਜੀ, ਅਸੀਂ ਜਿੱਦੇ ਅੱਗੇ ਕੰਪੇਨਿੰਗ ਮੰਤਰੀ ਚੱਲ ਰਹੀ ਸੀ ਉੱਥੇ ਕੋਈ ਮੰਨਣ ਸਾਹਿਬ ਤਾਂ ਆਏ ਨਹੀਂ ਸੀ, ਨਾ ਕੋਈ ਪਾਰਟੀ ਵਰਗਾ ਸੀ, ਅਸੀਂ ਆਪਣੇ ਚੋਣ ਲੜ ਰਹੇ ਸੀ ਨਾ, ਅਸੀਂ ਕੰਮ ਕਰ ਰਹੇ ਸੀ, ਅਸੀਂ ਹੁਣ ਵੀ ਕੰਮ ਕਰ ਲਾਂਗੇ। ਜਿਹੜੀ ਰਹੀ ਗੱਲ ਫਾਈਨੈਂਸ਼ੀਅਲ ਕੰਡੀਸ਼ਨ, ਕਿ ਜਿੰਨੇ ਸਾਡੇ ਸਾਥ ਸੰਬੰਧੀ ਸਾਡੇ ਭੈਣ ਭਰਾ ਨੇ, ਸਾਡੇ ਵੀਰ ਕੋਈ ਬਾਹਰ ਬੈਠੇ ਨੇ ਰਾਜਪੂਤ ਭਾਈਚਾਰੇ ਦੇ, ਕਈ ਸਾਡੇ ਇਲਾਕਾ ਨਿਵਾਸੀ ਨੇ, ਅਸੀਂ ਸਭ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ, ਜਿੰਨਾ ਸਾਡੇ ਕੋਲ ਇਕੱਠ ਜੋੜ ਹੋਏਗਾ ਪੂਰਿਆ ਜਾਏਗਾ, ਅਸੀਂ ਉਹਨਾਂ ਪਰਿਵਾਰ ਨੂੰ। ਤਾਂ ਸੁਰਜੀਤ ਸਿੰਘ ਤੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਅਸੀਂ ਇੰਨੇ ਸਮਰੱਥ ਨਹੀਂ ਕਿ ਚੋਣਾਂ ਲੜ ਸਕੀਏ, ਇਸ ਕਰਕੇ ਸਾਡੀ ਮਦਦ ਕੀਤੀ ਜਾਵੇ ਫਾਈਨੈਂਸ਼ੀਅਲ ਤੌਰ ਤੇ, ਕਿਉਂਕਿ ਪਾਰਟੀ ਨੇ ਸਾਨੂੰ ਪਹਿਲਾਂ ਫਾਈਨੈਂਸ਼ੀਅਲ ਮਦਦ ਕਰਨ ਦੇ ਲਈ ਕਿਹਾ ਸੀ, ਆਰਥਿਕ ਤੌਰ ਤੇ ਮਦਦ ਲਈ ਕਿਹਾ ਸੀ, ਪਰ ਹੁਣ ਪਾਰਟੀ ਨੇ ਆਪਣੀ ਸਪੋਰਟ ਵਾਪਸ ਲੈ ਲਈ, ਆਪਣੇ ਹੱਥ ਖਿੱਚ ਲਏ ਨੇ, ਪਰ ਅਸੀਂ ਇਲੈਕਸ਼ਨ ਦੇ ਵਿੱਚ ਖੜੇ ਹਾਂ ਔਰ ਇਸ ਕਰਕੇ ਉਹਨਾਂ ਕਿਹਾ ਕਿ ਸਾਨੂੰ ਸਪੋਰਟ ਦੀ ਜ਼ਰੂਰਤ ਹੈ। ਉਹਨਾਂ ਨੇ ਅੰਮ੍ਰਿਤਪਾਲ ਸਿੰਘ, ਸਿਮਰਜੀਤ ਸਿੰਘ ਮਾਨ, ਸਰਬਜੀਤ ਸਿੰਘ ਖਾਲਸਾ ਤੋਂ ਸਪੋਰਟ ਮੰਗੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਸਪੋਰਟ ਕੀਤੀ ਜਾਵੇ। ਸੋ ਜਲੰਧਰ ਵੈਸਟ ਦੀ ਜਿਹੜੀ ਜ਼ਿਮਨੀ ਚੋਣ ਹੈ ਉਹ ਬੜੀ ਇੰਟਰਸਟਿੰਗ ਹੁੰਦੀ ਜਾ ਰਹੀ ਹੈ, ਬੜੀ ਦਿਲਚਸਪ ਹੁੰਦੀ ਜਾ ਰਹੀ ਹੈ। ਅਕਾਲੀ ਦਲ ਨੇ, ਕਿਉਂਕਿ ਜੋ ਅਕਾਲੀ ਦਲ ਦੇ ਅੰਦਰ ਬਗਾਵਤ ਹੋਈ ਹੈ ਜਾਂ ਬਾਗੀ ਗਤੀਵਿਧੀਆਂ ਚੱਲ ਰਹੀਆਂ ਨੇ, ਉਹਨਾਂ ਗਤੀਵਿਧੀਆਂ ਤੋਂ ਨਿਰਾਸ਼ ਹੋ ਕੇ ਸੁਰਜੀਤ ਸਿੰਘ ਤੋਂ ਆਪਣਾ ਸਮਰਥਨ ਵਾਪਸ, ਸੁਰਜੀਤ ਕੌਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ, ਕਿਉਂਕਿ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਸੁਰਜੀਤ ਕੌਰ ਉਸ ਧਿਰ ਦੇ ਨਾਲ ਖੜੇ ਨੇ ਜਿਹੜੀ ਧਿਰ ਨੇ ਬਾਗੀ ਸੁਰਾਂ ਅਪਣਾਈਆਂ ਹੋਈਆਂ ਨੇ, ਔਰ ਇਸੇ ਦੇ ਚੱਲਦੇ ਉਹਨਾਂ ਨੇ ਸੁਰਜੀਤ ਕੌਰ ਦੇ ਦੱਸਣ ਦੇ ਮੁਤਾਬਕ ਹੀ ਕਿ ਉਹਨਾਂ 'ਤੇ ਦਬਾਅ ਵੀ ਪਾਇਆ ਗਿਆ ਕਿ ਉਹ ਦਸਤਖਤ ਕਰਨ ਅਤੇ ਉਹਨਾਂ ਦੀ ਜਿਹੜੀ ਨਾਮਜ਼ਦਗੀ ਆ ਵਾਪਸ ਲਈ ਜਾ ਸਕੇ, ਪਰ ਕਿਉਂਕਿ ਕੱਲ੍ਹ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਸੀ ਅਤੇ ਆਖਰੀ ਟਾਈਮ ਤੱਕ ਸੁਰਜੀਤ ਕੌਰ ਨੇ ਦਸਤਖਤ ਨਹੀਂ ਕੀਤੇ ਤਾਂ ਉਹ ਨਾਮਜ਼ਦਗੀ ਵਾਪਸ ਨਹੀਂ ਹੋ ਸਕੀ, ਪਰ ਉਸ ਦੇ ਬਾਵਜੂਦ ਸ਼ਾਮ ਨੂੰ ਅਕਾਲੀ ਦਲ ਨੇ ਇਹ ਐਲਾਨ ਕਰ ਦਿੱਤਾ। ਜਿਹੜੀ ਲੋਕਲ ਲੀਡਰਸ਼ਿਪ ਸੀ, ਕੁਲਵੰਤ ਸਿੰਘ ਮੰਨਣ ਜਿਹੜੇ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਸੁਰਜੀਤ ਕੌਰ ਦੀ ਉਹ ਹਮਾਇਤ ਨਹੀਂ ਕਰਨਗੇ, ਯਾਨੀ ਅਕਾਲੀ ਦਲ ਜਿਹੜੀ ਹੈ ਉਹ ਉੱਥੋਂ ਦੀ ਜਿਹੜੀ ਲੋਕਲ ਇਕਾਈ ਹੈ, ਲੋਕਲ ਲੀਡਰਸ਼ਿਪ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਕਿ ਉਹ ਸੁਰਜੀਤ ਕੌਰ ਦੀ ਮਦਦ ਨਹੀਂ ਕਰਨਗੇ। ਸੋ ਹੁਣ ਸੁਰਜੀਤ ਕੌਰ ਆਪਣੇ ਲਈ ਗੁਹਾਰ ਲਾ ਰਹੇ ਨੇ। ਅਤੇ ਸ਼੍ਰੋਮਣੀ ਅਕਾਲੀ ਦਲ ਦੇ ਓਪਰੇਸ਼ਨ ਲੋਟਸ ਦੇ ਇਲਜ਼ਾਮਾਂ 'ਤੇ ਬੀਜੇਪੀ ਨੇ ਪਲਟਵਾਰ ਕੀਤਾ ਹੈ ਔਰ ਬੀਜੇਪੀ ਨੇ ਕਿਹਾ ਹੈ ਕਿ ਇਲਜ਼ਾਮ ਤਰਾਸ਼ੀਆਂ ਦੀ ਥਾਂ ਆਪਣਾ ਅਕਾਲੀ ਦਲ ਪਰਿਵਾਰ ਸੰਭਾਲੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਨਾਕਾਮੀ ਜਿਹੜੀ ਹੈ ਕਿ ਸਿੱਖਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ, ਅਕਾਲੀ ਦਲ ਦੀ ਨਾਕਾਮੀ ਦੇ ਚੱਲਦੇ ਉਹਨਾਂ ਸਿੱਖਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ, ਇਸੇ ਲਈ ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਨਾ ਕਿਸੇ 'ਤੇ ਭਾਂਡਾ ਭੰਨਣ ਦੀ ਕੋਸ਼ਿਸ਼ ਕਰ ਰਿਹਾ, ਜਦਕਿ ਅਕਾਲੀ ਦਲ ਦੀ ਇਹ ਆਪਣੀ ਨਾਕਾਮੀ ਹੈ ਔਰ ਇਸੇ ਲਈ ਅਕਾਲੀ ਦਲ ਖਤਮ ਹੋ ਰਿਹਾ। ਨਕਾਰੇ ਜਾਣ ਦੇ ਬਾਵਜੂਦ ਉਹਨਾਂ ਕਿਹਾ ਕਿ ਅਕਾਲੀ ਆਗੂ ਕੁਰਸੀ ਦੇ ਨਾਲ ਚਿਪਕੇ ਰਹਿਣਾ ਚਾਹੁੰਦੇ ਨੇ। ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿੱਧੇ ਨਿਸ਼ਾਨੇ ਅਕਾਲੀ ਦਲ 'ਤੇ ਲਾਏ ਗਏ। ਤੁਸੀਂ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ, ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਅੰਮ੍ਰਿਤਪਾਲ ਦੇ ਪਿੱਛੇ ਆਰਐਸਐਸ ਹੈ। ਅੰਮ੍ਰਿਤਪਾਲ ਨੇ ਪਹਿਲਾਂ ਇਲੈਕਸ਼ਨ ਨਹੀਂ ਲੜਨਾ ਸੀ, ਆਰਐਸਐਸ ਦੇ ਸ਼ਖਸ ਨੇ ਜਿਹੜੇ ਵਕੀਲ ਵੀ ਨੇ ਉਹ ਜੇਲ੍ਹ 'ਚ ਮਿਲਦੇ ਨੇ ਔਰ ਉਸ ਤੋਂ ਬਾਅਦ ਅੰਮ੍ਰਿਤਪਾਲ ਦਾ ਐਲਾਨ ਹੋ ਜਾਂਦਾ ਕਿ ਇਲੈਕਸ਼ਨ ਲੜਦੇ। ਅੰਮ੍ਰਿਤਪਾਲ ਦੇ ਪਿੱਛੇ ਆਰਐਸਐਸ ਹੈ। ਪਰ ਚਲੋ ਮੈਂ ਵਿਰਸਾ ਸਿੰਘ ਬਲਟੋਹਾ ਜੀ ਦੀ ਇਸ ਗੱਲ ਨੂੰ ਮੰਨ ਲੈਂਦਾ, ਪਰ ਤੁਸੀਂ ਦੇਖੋ ਕਿ ਅਕਾਲੀ ਦਲ ਦਾ ਪਤਨ, ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਤੋਂ ਜ਼ਿਆਦਾ ਗਿਰਾਵ ਕੀ ਹੋ ਸਕਦਾ ਹੈ ਕਿ ਜਿਹਨੂੰ ਆਰਐਸਐਸ ਚੁਣਾਵ ਲੜਾ ਰਹੀ ਉਹ ਵੀ ਜਿੱਤ ਜਾਂਦਾ ਹੈ, ਜਿਹਨੂੰ ਆਰਐਸਐਸ ਚੁਣਾਵ ਲੜਾ ਰਹੀ ਆ ਉਹ ਵੀ 2.5 ਲੱਖ ਵੋਟਾਂ ਤੋਂ ਜਿੱਤ ਕੇ ਆ ਜਾਂਦਾ ਹੈ। ਆਰਐਸਐਸ ਹੈ ਇਸ ਦੇ ਵਿੱਚ? ਮੈਨੂੰ ਨਹੀਂ ਪਤਾ, ਤੁਸੀਂ ਗੱਲ ਕਰ ਰਹੇ ਹੋ, ਵਿਰਸਾ ਸਿੰਘ ਬਲਟੋਹਾ ਨੇ ਕਿਹਾ ਸੀ। ਦੇਖੋ ਉਹਨਾਂ ਦਾ ਕੰਮ ਹੀ ਆ। ਤੁਸੀਂ ਦੇਖੋ ਇਹਨਾਂ ਨੂੰ ਸਭ ਨੂੰ ਪਹਿਲਾਂ ਢੀਂਡਸਾ ਜੀ ਨੂੰ ਆਰਐਸਐਸ ਦਾ ਆਦਮੀ ਕਹਿੰਦੇ ਸੀ,
ਕੈਪਟਨ ਆਪਣੇ ਨੂੰ ਬੀਬੀ ਜਾਗੀਰ ਕੌਰ ਜੀ ਨੂੰ ਆਰ ਐਸ ਐਸ ਦਾ ਲੋਕ ਸਾਰੇ ਫਿਰ ਤੁਸੀਂ ਮਤਲਬ ਆਰ ਐਸ ਐਸ ਦੇ ਲੋਕ ਵਾਪਸ ਲਏ ਨਾ ਅਕਾਲੀ ਦਲ ਚ, ਇਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਕਿਆ ਉਦੋਂ ਫਿਰ ਤੁਸੀਂ ਧੋਤਾ ਸੀ ਉਹਨਾਂ ਨੂੰ, ਇਹਨਾਂ ਨੂੰ ਸਰਚ ਪਾਇਆ ਸੀਗਾ, ਇਹਨਾਂ ਨੂੰ ਕੀ ਕੀਤਾ ਸੀਗਾ? ਅੰਮ੍ਰਿਤਪਾਲ ਦੇ ਪਿੱਛੇ ਕੌਣ ਹੈ? ਜਾਂ ਦੇਖੋ ਆਪਾਂ ਇਹ ਗੱਲ ਆਪਣੀ ਕਮਿਊਨਿਟੀ ਨੂੰ, ਤੁਸੀਂ ਠੀਕ ਆ ਤੁਸੀਂ ਪੰਜਾਬ ਨੂੰ ਰਿਪ੍ਰਜੈਂਟ ਕਰਦੇ ਜੇ, ਤੁਹਾਨੂੰ ਆਪਣੀ ਕੌਮ ਦੇ ਬਾਰੇ ਸਮਝਣਾ ਚਾਹੀਦਾ ਹੈ। ਸਿੱਖਾਂ ਦੀ ਭਾਵਨਾ ਇਹ ਆ ਕਿ ਅਕਾਲੀ ਦਲ ਨਕਾਰੀ ਪਾਰਟੀ, ਅਸੀਂ ਇਹਦੇ ਨਾਲ ਨਹੀਂ ਜਾ ਸਕਦੇ, ਉਹ ਆਪਣਾ ਆਲਟਰਨੇਟਿਵ ਤਰਾਸ਼ ਰਹੇ ਨੇ, ਔਰ ਆਲਟਰਨੇਟਿਵ ਰੂਪ 'ਚ ਉਹਨਾਂ ਸਰਬਜੀਤ ਔਰ ਅੰਮ੍ਰਿਤਪਾਲ ਨੂੰ ਆਲਟਰਨੇਟਿਵ ਤਰਾਸ਼ਿਆ, ਇਹਨੂੰ ਆਪਾਂ ਕਿਵੇਂ ਡਿਨਾਈ ਕਰ ਸਕਦੇ? ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਤੁਸੀਂ ਕੱਲ੍ਹ ਬਿਆਨ ਸੁਣਿਆ ਹੋਣਾ, ਕਹਿੰਦੇ ਕਿ ਦਿੱਲੀ ਵਾਲੇ ਪਾਸੇ ਜਿਹੜੇ ਜਾਂਦੇ ਨੇ ਔਰ ਦਰਬਾਰ ਸਾਹਿਬ ਵਾਲੇ ਪਾਸੇ ਜਿਹੜੇ ਪਿੱਠ ਲਾਉਂਦੇ ਨੇ ਉਹ ਗਲਤ ਹੁੰਦਾ, ਦਰਬਾਰ ਸਾਹਿਬ ਵਾਲੇ ਪਾਸੇ ਰਹੋ, ਤੁਹਾਨੂੰ ਰਾਜ ਭਾਗ ਵੀ ਮਿਲੇਗਾ, ਸਭ ਕੁਛ ਮਿਲੇਗਾ। ਨਹੀਂ ਤੂੰ ਦੱਸਣ ਜਾਂਦੇ ਜਥੇਦਾਰ ਅਕਾਲ ਤਖ਼ਤ ਸਾਹਿਬ, ਹਾਂ ਕਿਸੇ ਦਰਬਾਰ ਸਾਹਿਬ ਵਾਲੇ ਕਿਸੇ ਪਾਸੇ ਕਿਵੇਂ ਰਹਿਣਾ? ਮੈਂ ਹੀ ਜਾਣਾ ਸਭ ਤੋਂ ਪਹਿਲਾਂ ਦੱਸਣ ਇਹ ਰਾਜ ਭਾਗ ਕੀ ਦੇਣਗੇ? ਵਿਚਾਰੇ ਨੇ ਆਪਣੀਆਂ ਕੁਰਸੀਆਂ ਇਹਨਾਂ ਦੇ ਹੱਥ 'ਚ ਨਹੀਂ ਹੈਗੀਆਂ, ਇਹ ਲੋਕ ਰਾਜ ਭਾਗ ਕੀ ਦੇਣਗੇ? ਗਲਤ ਗੱਲ ਹੈ ਨਾ, ਇਹੀ ਜਥੇਦਾਰ ਸਾਹਿਬਾਂ ਨੂੰ ਸਮਝਣਾ ਚਾਹੀਦਾ, ਤਾਂ ਹੀ ਤੁਹਾਡੀ ਕ੍ਰੈਡੀਬਿਲਟੀ ਖਤਮ ਹੋ ਜਾਂਦੀ ਹੈ। ਕਿਆ ਅੱਜ ਜਥੇਦਾਰ ਸਾਹਿਬ ਕਹਿ ਦੇਣਗੇ ਕਿ ਜਿਹੜਾ ਅੰਮ੍ਰਿਤਪਾਲ ਜਿੱਤ ਕੇ ਆਇਆ ਉਹ ਗਲਤ ਆ? ਕਿਆ ਜਥੇਦਾਰ ਸਾਹਿਬ ਕਹਿ ਦੇਣਗੇ ਜਾਂ ਸਰਬਜੀਤ ਜਿੱਤ ਕੇ ਆਇਆ ਉਹ ਗਲਤ ਆ? ਯਾਰ ਹੱਦ ਹੋ ਗਈ, ਸਿੱਖਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ, ਮਤਲਬ ਇਹੀ ਪ੍ਰੋਬਲਮ ਆ ਕਿ ਤੁਸੀਂ ਪੰਥ ਨੂੰ ਆਪਣੀ ਮਰਜ਼ੀ ਦੇ ਵਾਸਤੇ ਗੁਲਾਮ ਬਣਾ ਕੇ ਰੱਖਿਆ। ਜਿੱਦਣ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਉਦੋਂ ਤੁਸੀਂ ਬੋਲਦੇ ਜੇ। ਕਿਆ ਕਦੀ ਤੁਸੀਂ ਦੇਖਿਆ ਕਿਸੇ ਜਥੇਦਾਰ ਸਾਹਿਬਾਨ ਨੇ ਕਿਹਾ ਹੋਵੇ ਯਾਰ ਸੁਖਬੀਰ ਸਿੰਘ ਬਾਦਲ ਕੌਣ ਹੁੰਦਾ ਇਸ ਤਰ੍ਹਾਂ ਆ ਕੇ ਆਪਣੇ ਆਪ ਅਕਾਲ ਤਖ਼ਤ ਤੇ ਮਾਫੀਆਂ ਮੰਗਣ ਵਾਲਾ, ਆਪੇ ਮਾਫੀ ਮੰਗ ਕੇ ਆਪੇ ਸੇਵਾ ਕਰਨ ਵਾਲਾ? ਇਹ ਪ੍ਰਥਾ ਕਦੋਂ ਸ਼ੁਰੂ ਹੋਈ? ਕੱਲ ਨੂੰ ਕੋਈ ਵੀ ਆ ਕੇ ਜਿੰਨੇ ਪੰਥ ਚੋਂ ਨਕਾਰੇ ਹੋਏ ਲੋਕ ਨੇ ਜਿਨ੍ਹਾਂ ਨੂੰ ਪੰਥ ਚੋਂ ਬਾਹਰ ਕੱਢਿਆ ਹੈ, ਜਿਹਦਾ ਜੀਕਰੂ ਆ ਕੇ ਅਕਾਲ ਤਖ਼ਤ ਤੇ ਕਹੂਗਾ ਮੈਂ ਅੱਜ 3 ਦਿਨ ਦੀ ਸੇਵਾ ਕਰਨੀ, ਮੈਂ ਜੁੱਤੇ ਸੇਵਾ ਕਰਨ ਚੱਲਿਆ, ਬਸ ਮੈਂ ਹੋ ਗਿਆ, ਮੇਰਾ ਫਰਕ ਇਸ ਤੋਂ ਥੋੜ੍ਹਾ ਹੁੰਦਾ? ਕਦੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨਾਂ ਨੂੰ ਆਪਣੀ ਸਿੱਖ ਦੇ ਦੇਸ਼ ਭਰ ਦੇ ਸਿੱਖਾਂ ਦੀ ਨੁਮਾਇੰਦ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨੀ ਆ, ਤੁਸੀਂ ਕੇਵਲ ਇੱਕ ਪਾਰਟੀ ਦੀ ਨੁਮਾਇੰਦਗੀ ਕਰਨੀ, ਇਹ ਗਲਤ ਗੱਲ ਹੈ। ਮੈਂ ਜਥੇਦਾਰ ਸਾਹਿਬ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਕਰਦਾ, ਜਥੇਦਾਰ ਸਾਹਿਬ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਆਪ ਜੀ ਤੇ ਕਿਰਪਾ ਤਰਸ ਆ, ਆਪ ਜੀ ਨੂੰ ਇਹ ਪਾਰਟੀ ਦੀਆਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ, ਤੁਹਾਨੂੰ ਦੇਸ਼ ਭਰ ਦੇ ਸਿੱਖਾਂ ਦੀ ਚਿੰਤਾ ਕਰਨੀ ਚਾਹੀਦੀ ਆ, ਦੇਸ਼ ਭਰ ਦੇ ਸਿੱਖ ਕਿਵੇਂ ਮਜ਼ਬੂਤ ਹੋ ਸਕਦੇ, ਤੁਹਾਨੂੰ ਉਹ ਵਾਲਾ ਰਸਤਾ ਅਡੋਪਟ ਕਰਨਾ ਚਾਹੀਦਾ, ਤੁਹਾਨੂੰ ਇੱਕ ਪਾਰਟੀ। ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਜੁੜੇ ਨੇ, ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਬੀਜੇਪੀ ਨੇ ਜਿਸ ਤਰੀਕੇ ਨਾਲ ਸਿੱਧੇ ਸਿੱਧੇ ਇਲਜ਼ਾਮ ਨਕਾਰੇ ਨੇ, ਉਹਨਾਂ ਕਿਹਾ ਹੈ ਕਿ ਅਕਾਲੀ ਦਲ ਆਪਣੀਆਂ ਨਾਕਾਮੀਆਂ ਕਰਕੇ ਖਤਮ ਹੋ ਰਿਹਾ ਔਰ ਕਿਸੇ ਨਾ ਕਿਸੇ 'ਤੇ ਭਾਂਡਾ ਭੰਨਣ ਦੀ ਕੋਸ਼ਿਸ਼ ਹੈ। ਬਲਟੋਹਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ? ਬੀਜੇਪੀ ਕਹਿ ਰਹੀ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ, ਅਕਾਲੀ ਦਲ ਆਪਦੀਆਂ ਨਾਕਾਮੀਆਂ ਦੇ ਨਾਲ ਖਤਮ ਹੋਇਆ ਜਾਂ ਹੋ ਰਿਹਾ, ਅਤੇ ਇਹ ਕਿਸੇ ਨਾ ਕਿਸੇ ਦੇ ਸਿਰ ਭਾਂਡਾ ਭੰਨਣ ਦੀ ਕੋਸ਼ਿਸ਼ ਕਰ ਰਿਹਾ ਜਦਕਿ ਵਿਧਨ ਅਕਾਲੀ ਦਲ ਬਗਾਵਤ ਹੋਈ ਹੈ। ਅਮਰਾੜ ਸਾਹਿਬ, ਮੈਨੂੰ ਦੱਸੋ ਕਦੇ ਸ਼ਰੀਕ ਮੰਨਦਾ ਹੁੰਦਾ ਹੈ ਕਿ ਤੁਹਾਡੇ ਮੁੰਡੇ ਨੂੰ ਚੁੱਕਣਾ ਮੈਂ ਜਾਣਾ? ਤੇ ਜਦੋਂ ਘਰਦਾ ਮੁੰਡਾ ਘਰਦਿਆਂ ਦੇ ਸਾਹਮਣੇ ਉੱਚੀ ਆਵਾਜ਼ ਚ ਬੋਲਣਾ ਸ਼ੁਰੂ ਕਰ ਦੇਵੇ ਤੇ ਸ਼ਰਮ ਪਤਾ ਹੋਵੇ ਕਿ ਫਲਾਣੇ ਦੀ ਚੁੱਕਣਾ ਹੈ ਤੇ ਗੱਲਾਂ ਤੇ ਉੱਠਣਗੀਆਂ ਨਾ, ਕੋਈ ਅੱਜ ਨਵੀਂ ਗੱਲ ਥੋੜੀ ਹੈ। ਗੱਲਾਂ ਤੇ ਸਾਹਮਣੇ ਹੋਈਆਂ ਨੇ, ਵਿਦਨ ਪਾਰਟੀ ਹੋਈਆਂ ਨੇ, ਪਾਰਟੀ ਦੀਆਂ ਮੀਟਿੰਗਾਂ 'ਚ ਹੋਈਆਂ ਨੇ, ਅੱਗੋਂ ਪਿੱਛੋਂ ਹੋਈਆਂ ਨੇ। ਜਿਸ ਤਰੀਕੇ ਦੇ ਨਾਲ ਸਾਡੇ ਉਹ ਸੱਜਣ ਚਾਹੁੰਦੇ ਸੀ, ਸਾਰੇ ਫਿਰ ਇੱਕ ਥਾਂ ਤੇ ਇਕੱਠੇ ਹੋਏ ਨੇ ਜਿਹੜੇ ਜਿਹੜੇ ਚਾਹੁੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕੀਤਾ ਜਾਵੇ। ਹੁਣ ਤੁਸੀਂ ਦੱਸੋ ਮੈਨੂੰ ਇਸ ਗੱਲ ਦਾ ਜਵਾਬ ਦੇ ਦੇਣ ਜਿਹੜੇ ਸੱਜਣ ਨੇ ਜਿਹੜੇ ਬੋਲ ਰਹੇ ਸੀ ਕਿ ਚੰਦੂ ਮਾਜਰਾ ਸਾਹਿਬ ਤੇ ਰੱਖੜਾ ਸਾਹਿਬ ਜਿਨ੍ਹਾਂ ਦਾ ਇੱਟ ਕੁੱਤੇ ਦਾ ਵੈਰ ਹੈ, ਮੇਰਾ ਖਿਆਲ ਹੈ ਕਿ ਫਤਿਹ ਵੀ ਸਾਂਝੀ ਨਹੀਂ ਸੀ ਕਰਦੇ ਇੱਕ ਦੂਜੇ ਦੇ ਨਾਲ। ਅੱਜ ਉਹ ਕਿਹੜੀ ਘੜੀ ਵਿੱਚ ਜੁੜ ਗਈ ਹੈ ਕਿ ਦੋਵੇਂ ਜਿਹੜੇ ਆ ਇੱਕ ਬੋਲੀ ਬੋਲਣ ਲੱਗ ਪਏ, ਕਿਉਂਕਿ ਚੰਦੂ ਮਾਜਰਾ ਸਾਹਿਬ ਦੀਆਂ ਸਿੱਧੀਆਂ ਤਾਰਾਂ ਨੇ ਤੇ ਦੂਜੇ ਬੰਨੇ ਸਰਦਾਰ ਦਰਸ਼ਨ ਸਿੰਘ ਜੀ ਰੱਖੜਾ ਨੇ
ਸਰਦਾਰ ਸੁਰਜੀਤ ਸਿੰਘ ਰੱਖੜਾ ਦੇ ਭਰਾ ਜਿਹੜੇ ਮੋਦੀ ਸਾਹਿਬ ਦੇ ਬਹੁਤ ਨਜ਼ਦੀਕੀ ਨੇ, ਉਹਨਾਂ ਨੇ ਭਾਵੇਂ ਢਿੱਡੋਂ ਜੋ ਮਰਜ਼ੀ ਹੁਣ ਅੱਜ ਇੱਕ ਰੱਸੇ ਤੇ ਬੰਨ ਕੇ ਰੱਖਤੇ। ਇਸ ਕਰਕੇ ਜਿਹੜਾ ਆ ਅਸੀਂ ਕੋਈ ਝੂਠੀ ਗੱਲ ਨਹੀਂ ਕਰ ਰਹੇ। ਦੇਖੋ ਇੱਕ ਗੱਲ ਦੱਸਦੀਏ, ਇਹ 'ਚ ਕੋਈ ਧਰਾਵਾਂ ਨਹੀਂ ਗਿਆ। ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਤੇ ਆਮ ਵਿਅਕਤੀ ਵੀ ਸਮਝਦਾ ਹੈ ਕਿ ਘੱਟੋ ਘੱਟ ਜਿੰਨੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਲੜਦੀ, ਚ ਤਿੰਨ ਲੜਦੀ, ਚ ਚਾਰ ਲੜਦੀ, ਚ ਪੰਜ ਲੜਦੀ, ਉਹ ਸਾਰੀਆਂ ਸੀਟਾਂ ਜਿੱਤ ਜਾਂਦੀ। ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਇਹ ਤੇ ਹੈ ਹੀ ਹੈ ਸੀ। ਇਸ ਤੋਂ ਇਲਾਵਾ ਵੀ ਕਿਉਂਕਿ ਸਾਡਾ ਜ਼ਿਆਦਾ ਕੋਈ ਪਾਰਲੀਮੈਂਟ ਦੇ ਨਾਲ ਕੋਈ ਲਾਗਾ ਦੇ ਗੱਲ ਸੀ, ਜਦੋਂ ਧੌਣ ਤੇ ਚੜ ਕੇ ਕਹਿੰਦੇ ਸੀ ਕਿ ਬਰਾਬਰ ਬਰਾਬਰ ਲੈਣਾ, ਕਿਉਂਕਿ ਅਸੀਂ ਹੁਣ ਬਰਾਬਰ ਦੀ ਧਿਰ ਹੈ। ਤੇ ਜੇ ਉਹ ਜਿੰਨੀਆਂ ਸੀਟਾਂ, ਜੇ ਉਹ ਮੰਨ ਲਓ ਪੰਜ ਲੈ ਕੇ ਜਾਂਦੇ ਤੇ ਪੰਜ ਦੀਆਂ ਪੰਜ ਜਿੱਤ ਜਾਂਦੇ ਤੇ ਅਕਾਲੀ ਦਲ ਕਿੱਥੇ ਜਾਂਦੇ? ਹਾਂਜੀ, ਤੇ ਉਹਨਾਂ ਨੇ ਹੁਣ ਦੇਖਦਾ ਕਿ ਅਸੀਂ ਪੰਜ ਸੀਟਾਂ ਸਾਡੀਆਂ ਸਿੱਧੀਆਂ ਪੰਜਾਬ ਚੋਂ ਆ ਸਕਦੀਆਂ ਤੇ ਸਾਡੀ ਜੜੀ ਜਿਹੜਾ ਆ ਸੁਖਬੀਰ ਸਿੰਘ ਬਾਦਲ ਬੈਠਾ ਆ, ਉਹਨਾਂ ਨੂੰ ਤਾਂ ਆਪ ਨੀ ਚੜਦਾ। ਹਾਂਜੀ, ਜਿਸ ਬੰਦੇ ਦਾ ਵਿਗੜਿਆ ਹੋਵੇ ਤੇ ਹੋਵੇ ਵੀ ਫਣੀਅਰ ਸੱਪ, ਤੇ ਫਣੀਅਰ ਸੱਪ ਡੰਗ ਤੇ ਮਾਰੂਗਾ ਨਾ ਫਿਰ, ਕਿਉਂਕਿ ਫਣੀਅਰ ਸੱਪ ਹੈ ਇਸ ਵੇਲੇ ਭਾਰਤੀ ਜਨਤਾ ਪਾਰਟੀ, ਜਿਹੜੇ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਰੀਜਨਲ ਨੂੰ ਖਾ ਗਈ, ਖੇਤਰੀ ਪਾਰਟੀਆਂ ਨੂੰ, ਤੇ ਹੁਣ ਉਹਨਾਂ ਨੂੰ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਠੀਕ ਹੈ ਦੱਸੀ ਜਿਹੜੇ ਮਰਜ਼ੀ ਹਾਲਾਤਾਂ 'ਚ ਹੋਈ, ਪਰ ਇਹ ਸ਼੍ਰੋਮਣੀ ਅਕਾਲੀ ਦਲ ਹੈ ਜਿਹਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ, ਜਿਹਨਾਂ ਨੂੰ ਝੁਕਾਉਣ ਦੀ, ਡਰਾਉਣ ਦੀ, ਦਬਾਉਣ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ। ਅਮਿਤ ਸ਼ਾਹ ਨੇ ਜਿਹੜੇ ਸ਼ਬਦ ਉਹਨਾਂ ਨੂੰ ਵਰਤੇ ਸੀਗੇ ਸਾਹਮਣੇ ਬਿਠਾ ਕੇ, ਤੇ ਸੁਖਬੀਰ ਸਿੰਘ ਬਾਦਲ ਤੁਸੀਂ ਕਹਿੰਦੇ ਕਿ ਜ਼ਿੰਦਾਬਾਦ ਰਹੇ, ਜਿਹਨੇ ਅਖੀਰ ਉਹਨੇ ਕਿਹਾ ਕਿ ਪਾਰਟੀ ਦਾ ਤੇ ਪੰਥ ਦਾ ਤੇ ਕੌਮ ਦਾ ਤੇ ਪੰਜਾਬ ਦਾ ਸੌਦਾ ਨਹੀਂ ਕਰਨੀ ਕਦੇ ਵੀ ਕਿਸੇ ਗੱਠਜੋੜ ਵਾਸਤੇ, ਜਿੱਥੇ ਇਹ ਸੌਦਾ ਹੋਵੇ ਤੇ ਛੱਡ ਕੇ ਆਣ ਕੇ ਤੇ ਠੋਕ ਕੇ ਕਿਹਾ ਕਿ ਸਾਡੀਆਂ ਆਹ ਮੰਗਾਂ ਆ, ਸਾਡੇ ਲਈ ਪੰਥ ਤੇ ਪੰਜਾਬ ਪਹਿਲਾਂ ਆ, ਰਾਜਸੱਤਾ ਸਾਡੇ ਹੱਥੇ ਬਾਅਦ ਚ, ਗੁਣ ਉਹਦਾ ਗਾਉਣਾ ਚਾਹੀਦਾ ਕਿ ਕਿਸੇ ਹੋਰ ਦਾ ਗਾਉਣਾ ਚਾਹੀਦਾ ਹੈ? ਰਿਜ਼ਲਟ ਤੋਂ ਬਾਅਦ ਵੀ ਤੁਸੀਂ ਕਹੀ ਜਾਂਦੇ ਸੀ ਕਿ ਜੀ ਅਸੀਂ ਇੱਧਰ ਨਹੀਂ ਗਏ ਜੀ, ਅਸੀਂ ਉੱਧਰ ਨਹੀਂ ਗਏ, ਮਤਲਬ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਨਹੀਂ ਗਏ? ਕਿਹੜਾ ਬੰਦਾ ਜਿਹੜਾ ਇਹਨਾਂ ਚੋਂ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਗੁਣਗਾਨ ਨਹੀਂ ਕੀਤਾ? ਬਿਫੋਰ ਇਲੈਕਸ਼ਨ, ਆਫਟਰ ਇਲੈਕਸ਼ਨ, ਡਿਊਰਿੰਗ ਇਲੈਕਸ਼ਨ? ਹਾਂਜੀ, ਤੁਸੀਂ ਦੱਸੋ ਜਿਹੜੇ ਚੋਣਾਂ ਤੋਂ ਪਹਿਲਾਂ, ਚੋਣਾਂ ਦੇ ਦੌਰਾਨ, ਚੋਣਾਂ ਤੋਂ ਬਾਅਦ ਵੀ ਭਾਰਤੀ ਜਨਤਾ ਪਾਰਟੀ ਦਾ ਗੁਣਗਾਨ ਕਰਦੇ ਆ? ਉਹ ਕਹਿੰਦੇ ਕਿ ਨਹੀਂ ਜੀ ਅਸੀਂ ਕਾਂਗਰਸ ਨੂੰ ਬਚਾਉਣ ਵਾਸਤੇ ਚੱਲੇ। ਅੱਛਾ ਚਲੋ, ਤੁਸੀਂ ਕੱਲ ਜਿਹੜੀ ਸੁਰਜੀਤ ਕੌਰ ਹੋਰਾਂ ਤੋਂ ਹਮਾਇਤ ਵਾਪਸ ਲਈ ਹੈ, ਹੁਣੇ ਹੁਣੇ ਉਹਨਾਂ ਦਾ ਬਿਆਨ ਆਇਆ ਅੱਜ, ਉਹਨਾਂ ਨੇ ਕਿਹਾ ਕਿ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੋਂ, ਸਿਮਰਨਜੀਤ ਸਿੰਘ ਮਾਨ ਤੋਂ, ਸਰਬਜੀਤ ਸਿੰਘ ਖਾਲਸਾ ਹੋਰਾਂ ਤੋਂ ਸਪੋਰਟ ਮੰਗਾਂਗੀ। ਇਸ ਨੂੰ ਕਿਵੇਂ ਦੇਖਦੇ ਹੋ? ਚਲੋ ਕੋਈ ਗੱਲ ਨਹੀਂ ਜੀ, ਕਿਸੇ ਤੋਂ ਵੀ ਮੰਗਣ, ਅਸੀਂ ਕਦੋਂ ਵੀ ਨੇ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਰਕੇ ਪਾਸਾ ਵੱਟ ਲਿਆ ਕਿ ਇਹ ਬਰਾੜ ਸਾਹਿਬ ਸੱਚਾਈ ਹੈ ਜੀ ਕਿ ਬੀਬੀ ਜਗੀਰ ਕੌਰ ਤੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਾਲ ਜਿਹੜੇ ਦੋ ਮੈਂਬਰ ਹੋਰ ਪਾਏ ਸੀ, ਸੁਖੀ ਜੀ ਤੇ ਕੇ ਪੀ ਸਾਹਿਬ, ਉਹਨਾਂ ਦੋਨਾਂ ਮੈਂਬਰਾਂ ਨੂੰ ਵੀ ਨੀ ਪੁੱਛਿਆ, ਇੱਕ ਨੇ ਪੁੱਛਿਆ ਵੀ ਤੁਸੀਂ ਦੋਨਾਂ ਨੂੰ ਫੋਨ ਕਰਕੇ ਪੁੱਛ ਲਓ ਵੀ ਤੁਹਾਨੂੰ ਪੁੱਛਿਆ ਸੀਗਾ ਕਿ ਬੀਬੀ ਸੁਰਜੀਤ ਕੌਰ ਨੂੰ ਖੜਿਆ ਕਰਨਾ, ਆਪ ਹੀ ਫੈਸਲਾ ਕਰਕੇ ਆਪ ਹੀ ਅਨਾਊਂਸ ਕਰਵਾਤਾ। ਹਾਂਜੀ, ਤੇ ਹੁਣ ਜਦੋਂ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਨੇ ਤੇ ਸਾਰਾ ਕੁਝ ਜਿਹੜਾ ਆ, ਤੇ ਹੁਣ ਜਿਹੜਾ ਆ ਜਿੱਥੇ ਜਾ ਕੇ ਬੀਬੀ ਜੀ ਤੇ ਸਾਹਿਬ ਗੁਰਪ੍ਰਤਾਪ ਸਿੰਘ ਵਡਾਲਾ ਖੜ ਗਏ ਆ, ਤੇ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਕਿਵੇਂ ਕਿਵੇਂ ਕਰੂਗਾ ਜੀ, ਕਿਹੜੇ ਹਾਲਾਤਾਂ ਚ ਕਰੂਗਾ ਜੀ? ਇਸ ਕਰਕੇ ਜਿਹੜਾ ਬੜਾ ਸੋਚ ਵਿਚਾਰ ਕੇ ਮੀਟਿੰਗ ਦੇ ਵਿੱਚ
ਇਹ ਮੀਟਿੰਗ ਦੇ ਵਿੱਚ ਤੈਅ ਹੋਇਆ ਸਰ ਸੁਖਬੀਰ ਸਿੰਘ ਬਾਦਲ ਨੇ ਵਾਪਸ ਨਹੀਂ ਲਿਆ, ਹਾਲਾਤ ਦੱਸੇ ਗਏ, ਹਾਲਾਤ ਰੱਖੇ ਗਏ, ਉੱਥੇ ਤੈਅ ਹੋਇਆ ਜੀ ਫਿਰ ਠੀਕ ਹੈ ਜੀ ਆਪਾਂ ਨੂੰ ਜਿਹੜਾ ਆ ਉਹ ਜਿਹੜੀ ਸਪੋਰਟ ਹੈ ਜਾਂ ਜਿਹੜਾ ਸਿੰਬਲ ਹੈ ਉਹ ਇੱਕ ਤਰ੍ਹਾਂ ਆਪਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਆ। ਠੀਕ ਆ ਕਿ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਸੀ, ਸਾਨੂੰ ਵੱਧ ਪੈਂਦੀਆਂ ਘੱਟ ਪੈਂਦੀਆਂ, ਪਰ ਜਿਹੜੇ ਹਾਲਾਤ ਨੇ ਇਹਦੇ ਵਿੱਚ ਤਾਂ ਸਾਨੂੰ ਜਿਹੜਾ ਆ ਇਲੈਕਸ਼ਨ ਲੜਨੀ ਨਹੀਂ ਚਾਹੀਦੀ। ਹਾਂਜੀ ਉਹਦੇ ਬਾਰੇ ਅਗਲਾ ਕਦਮ ਜਿਹੜਾ ਚੁੱਕਣਾ ਚਾਹੀਦਾ ਤੇ ਉਹ ਇਸ ਕਰਕੇ ਪਾਰਟੀ ਨੇ ਚੁੱਕਿਆ। ਚਲੋ ਠੀਕ ਹੈ ਬਲਟੋਆ ਸਾਹਿਬ, ਧੰਨਵਾਦ, ਸ਼ੁਕਰੀਆ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਕਹਿਣ ਲਈ। ਵਿਰਸਾ ਸਿੰਘ ਬਲਟੋਆ ਆਪਣਾ ਪ੍ਰਤੀਕਰਮ ਦੇ ਰਹੇ ਸੀ ਜੋ ਬੀਜੇਪੀ ਵੱਲੋਂ ਕਿਹਾ ਗਿਆ ਜਾਂ ਜੋ ਸੁਰਜੀਤ ਕੌਰ ਹੋਰਾਂ ਬਾਰੇ ਫੈਸਲਾ ਲਿਆ ਗਿਆ ਉਸ ਨੂੰ ਲੈ ਕੇ ਦੋਨਾਂ 'ਤੇ ਵਿਰਸਾ ਸਿੰਘ ਬਲਟੋਆ ਨੇ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਕਿਹਾ ਕਿ ਬੀਜੇਪੀ ਕਿਉਂ ਮੰਨੇਗੀ ਇਹ ਗੱਲ ਕਿ ਅਸੀਂ ਇਹ ਸਭ ਕਰਵਾਇਆ ਹੈ, ਪਰ ਅਕਾਲੀ ਦਲ ਇਹ ਗੱਲ ਜ਼ੋਰ ਦੇ ਕੇ ਕਹਿ ਰਿਹਾ ਜਾਂ ਇਹ ਠੋਕ ਕੇ ਇਲਜ਼ਾਮ ਲਾ ਰਿਹਾ ਕਿ ਇਸ ਦੇ ਪਿੱਛੇ ਹੱਥ ਬੀਜੇਪੀ ਦਾ। ਅਤੇ ਉੱਧਰ ਕਾਂਗਰਸ ਪਾਰਟੀ ਨੇ ਵੀ ਅਕਾਲੀ ਦਲ 'ਤੇ ਤਿੱਖਾ ਹਮਲਾ ਕੀਤਾ ਹੈ ਔਰ ਕਾਂਗਰਸ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਜੋ ਬੀਜਿਆ ਉਹੀ ਵੱਢਣਾ ਪੈ ਰਿਹਾ। ਗੁਰਜੀਤ ਸਿੰਘ ਔਜਲਾ ਦਾ ਇਹ ਬਿਆਨ ਹੈ, ਉਹਨਾਂ ਕਿਹਾ ਕਿ ਗੁਰੂ ਘਰ ਨਾਲ ਮੱਥਾ ਲਾਉਣ ਦਾ ਨਤੀਜਾ ਭੁਗਤਣਾ ਪੈ ਰਿਹਾ, ਅਕਾਲੀ ਦਲ ਹੁਣ ਹੋਰ ਵੀ ਹਾਸ਼ੀਏ 'ਤੇ ਚਲਾ ਜਾਏਗਾ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਿੱਚ ਤਾਨਾਸ਼ਾਹੀ ਚੱਲ ਰਹੀ ਹੈ ਔਰ ਅਕਾਲੀ ਦਲ ਦੀ ਫੁੱਟ ਪਿੱਛੇ ਬੀਜੇਪੀ ਦਾ ਹੱਥ ਹੈ। ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਹੈ ਕਿ ਉਹਨਾਂ ਕਿਹਾ ਬੀਜੇਪੀ ਭਵਿੱਖ 'ਚ SGPC 'ਤੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇ। ਅਕਾਲੀ ਦਲ ਇਸ ਵੇਲੇ ਦੋ ਹਿੱਸਿਆਂ 'ਚ ਵੰਡੀ ਨਜ਼ਰ ਆ ਰਹੀ, ਕਹਿ ਰਹੇ ਸੁਖਬੀਰ ਬਾਦਲ ਅਸਤੀਫਾ ਦੇਣ, ਦੂਜੇ ਪਾਸੇ ਕਹਿ ਰਹੇ ਕਿ ਸੁਖਬੀਰ ਬਾਦਲ ਦੇ ਨਾਲ ਪਾਰਟੀ ਖੜੀ ਹੈ। ਕਿਵੇਂ ਦੇਖਦੇ ਹੋ ਤੁਸੀਂ ਜਦੋਂ ਇਸ ਤਰੀਕੇ ਦੀ ਪਿਕਚਰ ਜਿਹੜੀ ਹੈ ਪੰਥਕ ਪਾਰਟੀ 'ਚ ਨਜ਼ਰ ਆਉਂਦੀ ਹੈ? ਦੇਖੋ ਮਾਨਸਿਕ ਤੌਰ 'ਤੇ ਬੇਸਿਕਲੀ ਇਹਨਾਂ ਨੇ ਜੋ ਮੇਰਾ ਜੋ ਮੰਨਣਾ ਹੈ ਕਿ ਜਿੱਦਾਂ ਬੇਅਦਬੀਆਂ ਦਾ ਹੋਇਆ ਨਾ ਉਹ 'ਚੋਂ ਇਹ ਨਿਕਲ ਹੀ ਨਹੀਂ ਪਾ ਰਹੇ, ਕਿਉਂਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਨੇ ਸਾਰੇ ਪਾਰਟੀ ਲੀਡਰ ਔਰ ਉਹਨਾਂ ਨੂੰ ਰਾਹ ਕੋਈ ਨਹੀਂ ਲੱਭ ਰਿਹਾ। ਔਰ ਇਸ ਵੇਲੇ ਜੋ ਇਹਨਾਂ ਨੇ ਬੀਜਿਆ ਪਿਛਲੇ ਸਮਿਆਂ ਦੇ ਵਿੱਚ ਮੈਂ ਸਮਝਦਾ ਕਿ ਉਹਦਾ ਹੀ ਇਹਨਾਂ ਨੂੰ ਭੁਗਤਾਨ ਕਰਨਾ ਪੈ ਰਿਹਾ। ਕੁਛ ਲੀਡਰ ਉਹਦੇ ਇੰਗੇਸ ਨੇ, ਉਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਜਿਹੜੀ ਜਦੋਂ ਤੁਸੀਂ ਗੁਰੂ ਘਰ ਨੇ ਮੱਥੇ ਲਾ ਲਏ ਨੇ, ਗੁਰੂਆਂ ਨੇ ਮੱਥੇ ਲਾ ਲਏ, ਉਹਦਾ ਹੁਣ ਕੋਈ ਕੀ ਕਰ ਸਕਦਾ? ਸੋ ਉਹਦਾ ਜਿਹੜਾ ਭੁਗਤਾਨ ਹੈ ਮੇਰਾ ਜੋ ਮੰਨਣਾ ਹੈ ਕਿ ਉਹ ਇਹਨਾਂ ਨੂੰ ਕਰਨਾ ਪੈ ਰਿਹਾ। ਜੋ ਇਹਨਾਂ ਪੰਜਾਬ ਦੇ ਹਾਲਾਤ ਕੀਤੇ ਸੀ, ਅੱਜ ਇਹ ਮੁੜ ਆਪਣੇ ਪੈਰਾਂ 'ਤੇ ਨਹੀਂ ਖੜ੍ਹੇ ਹੋ ਪਾ ਰਹੇ, ਧਰਾਤਲ ਦੀ ਸਥਿਤੀ ਇਹਨਾਂ ਨੂੰ ਖਿਸਕ ਚੁੱਕੀ ਹੈ। ਤੁਹਾਡਾ ਤਜ਼ਰਬਾ ਆਪਣਾ ਪ੍ਰਧਾਨਗੀ ਦੇ ਅਸਤੀਫੇ ਤੋਂ ਬਾਅਦ ਸੁਖਬੀਰ ਬਾਦਲ ਅਗਰ ਅਸਤੀਫਾ ਦਿੰਦੇ ਅਕਾਲੀ ਦਲ ਦੀ ਪੋਜੀਸ਼ਨ ਠੀਕ ਹੋ ਸਕਦੀ ਹੈ? ਦੇਖੋ ਹੋ ਸਕਦੀ ਹੈ, ਕਿਉਂਕਿ ਸਾਰੇ ਲੀਡਰ ਜਿਹੜੇ ਨੇ ਉਹਨਾਂ ਦੇ ਕਾਫੀ ਜਿਹੜੇ ਮਜ਼ਬੂਤ ਲੀਡਰ ਨੇ ਉਹ ਸਾਰੇ ਇਹਨਾਂ ਦੇ ਓਪੋਜਿਟ ਖੜ ਗਏ ਨੇ ਆ ਕੇ, ਔਰ ਇਹਨਾਂ ਨੂੰ ਮੰਨ ਲੈਣਾ ਚਾਹੀਦਾ। ਇਹ ਕੋਈ ਮਤਲਬ ਇੱਕ ਹੀ ਮੁਸ਼ਕਲ ਹੈ ਕਿ ਜਿਵੇਂ ਤੁਸੀਂ ਆਪਣਾ ਡਿਕਟੇਟਰਸ਼ਿਪ ਕਰਦੇ ਜੀ ਉਹ ਪਾਰਟੀ 'ਚ ਨਹੀਂ ਹੋਣੀ ਚਾਹੀਦੀ। ਤੁਸੀਂ ਇਲੈਕਸ਼ਨ ਕਰਾ ਲਓ, ਇਲੈਕਸ਼ਨ ਦੇ ਨਾਲ ਪ੍ਰਧਾਨ ਬਣਾ ਲਓ, ਉਹ ਜੇ ਕੋਈ ਤੁਹਾਨੂੰ ਮੁਸ਼ਕਲ ਹੈ। ਬਾਕੀ ਉਹਨਾਂ ਦਾ ਅੰਦਰੂਨ ਮਾਮਲਾ, ਮੈਂ ਬਹੁਤ ਸਲਾਹ ਨਹੀਂ ਦੇ ਸਕਦਾ। ਪਰ ਇਹ ਵੀ ਕਹਿ ਰਹੇ ਕਿ ਜਿਹੜਾ ਇਹ ਗਰੁੱਪ ਮੰਗ ਕਰ ਰਿਹਾ ਸੁਖਬੀਰ ਬਾਦਲ ਅਸਤੀਫਾ ਦੇਵੇ, ਉਹ ਬੀਜੇਪੀ ਦੀ ਬੀ ਟੀਮ ਦੇ ਤੌਰ 'ਤੇ ਕੰਮ ਕਰ ਰਿਹਾ, ਬੀਜੇਪੀ ਉਹਨਾਂ ਤੋਂ ਕਰਵਾ ਰਹੀ ਹੈ ਔਰ ਪੰਜਾਬ 'ਚ ਅਕਾਲੀ ਦਲ ਦੇ ਖਿਲਾਫ ਓਪਰੇਸ਼ਨ ਲੋਟਸ ਜਿਹੜਾ ਉਹ ਪੰਜਾਬ 'ਚ ਚੱਲ ਰਿਹਾ। ਮਤਲਬ 40-40, 50-50 ਸਾਲ ਮੇਰਾ ਖਿਆਲ ਦੋ ਦੋ ਪੀੜ੍ਹੀਆਂ ਉਹਨਾਂ ਦੀਆਂ ਹੋ ਗਈਆਂ ਅਕਾਲੀ ਦਲ ਦੇ ਜੁੜਿਆਂ ਨੂੰ, ਇਹਦਾ ਮਤਲਬ ਇਹ ਬੀਜੇਪੀ ਦੀ ਟੀਮ ਹੀ ਚੱਕੀ ਫਿਰਦੇ ਰਹੇ ਉਹਨਾਂ 'ਚ। ਮਤਲਬ ਇਹ ਐਵੇਂ ਬਲੇਮ ਗੇਮ ਹੁੰਦੀ ਆ, ਸੱਚਾਈ ਨੂੰ ਵਾਕਿਆ ਇਹ ਸੱਚਾਈ ਹੈ ਕਿ ਬਹੁਤ ਵੱਡਾ ਇੱਕ ਉਹਨਾਂ ਦੇ ਵਿੱਚ ਜਿਹੜਾ ਇੱਕ ਧੜਾ ਆ ਉਹ ਨਿਰਾਸ਼ ਹੈ ਔਰ ਵਰਕਰ ਵੀ, ਕਿਉਂਕਿ ਡੇ ਬਾਈ ਡੇ ਉਹ ਘੱਟਦਾ ਜਾ ਰਿਹਾ, ਹਰ ਕੋਈ ਬੰਦਾ ਚਿੰਤਾ ਕਰਦਾ। ਜੇ ਇਹ ਸਮਝਦੇ ਕਿ ਅਸੀਂ ਪਾਰਟੀ ਲਈ ਕੰਮ ਕੀਤਾ ਤਾਂ ਮੇਰਾ ਖਿਆਲ ਉਹਨਾਂ ਵੀ ਬਹੁਤ ਲੰਬਾ ਸਮਾਂ ਪਾਰਟੀ ਵਾਸਤੇ ਲਾਇਆ ਹੋਊਗਾ,
ਜਲੰਧਰ 'ਚ ਹੁਣ ਆਪਣੇ ਉਮੀਦਵਾਰ ਹੀ ਸਮਰਥਨ ਵਾਪਸ ਲੈ ਲਿਆ, ਜਿਹੜੇ ਉਹ ਕਹਿ ਰਹੇ ਅਸੀਂ BSP ਨੂੰ ਸਮਰਥਨ ਦੇਵਾਂਗੇ। ਦੂਜਾ ਧੜਾ ਕਹਿ ਰਿਹਾ ਕਿ ਕੈਂਡੀਡੇਟ ਤਾਂ ਉਹੀ ਹੋਣਗੇ ਜਿਹੜੇ ਅਕਾਲੀ ਦਲ ਦੇ ਸੀਗੇ, ਹੁਣ ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ ਵੀ ਰੌਲਾ ਪੈ ਗਿਆ। ਦੇਖੋ ਉਹ ਤਾਂ ਹੋਣਾ ਹੀ ਹੈ, ਉਹ ਤਾਂ ਕੁਦਰਤੀ ਗੱਲ ਹੈ, ਕਿਉਂਕਿ ਜਦੋਂ ਧੜਿਆਂ 'ਚ ਚੀਜ਼ ਵੰਡੀ ਜਾਂਦੀ ਹੈ। ਔਰ ਇਹ ਮੈਂ ਸਮਝਦਾ ਕਿ ਬਹੁਤ ਹੋਰ ਅਜੇ ਹੇਠਲੇ ਪੱਧਰ 'ਤੇ ਅਕਾਲੀ ਦਲ ਜਾਏਗਾ, ਅਤੇ ਇੰਝ ਲੱਗਦਾ ਕਿ ਜਿਵੇਂ ਇਹਨਾਂ ਦਾ ਮੁੜ ਵਾਪਸ ਪੰਜਾਬ ਦੀ ਸੱਤਾ 'ਚ ਆਉਣਾ ਮੁਮਕਿਨ ਨਹੀਂ ਹੈਗਾ। ਹੁਣ ਇਸ ਵੇਲੇ ਜੋ ਹਾਲਾਤ ਇਹਨਾਂ ਪੰਜਾਬ 'ਚ ਕੀਤੇ ਉਹੀ ਹਾਲਾਤ ਆ ਜਿਹਨਾਂ ਨੂੰ ਭੁਗਤਣੇ ਪੈ ਰਹੇ। ਕਾਂਗਰਸ ਨੇ ਵੀ ਕਈ ਸਟੇਟਾਂ 'ਚ ਓਪਰੇਸ਼ਨ ਲੋਟਸ ਦੇਖਿਆ, ਸਰਕਾਰਾਂ ਡਿੱਗੀਆਂ ਨੇ। ਅਸੀਂ ਮਹਾਰਾਸ਼ਟਰ 'ਚ ਦੇਖਿਆ ਸ਼ਿਵ ਸੈਨਾ ਤੋਂ ਸ਼ਿੰਦੇ ਗਰੁੱਪ ਹੋ ਗਿਆ, ਅਸੀਂ ਹਰਿਆਣੇ ਦੇ ਵਿੱਚ ਦੇਖਿਆ ਇਨੈਲੋ JJP ਹੋ ਗਿਆ। ਤੁਹਾਨੂੰ ਲੱਗਦਾ ਕਿ ਪੰਜਾਬ 'ਚ ਵੀ ਇਹ ਤਸਵੀਰ ਹੋ ਸਕਦੀ ਹੈ ਕਿ ਦੋ ਪਾਰਟੀਆਂ ਸਿੰਬਲ ਦੀ ਲੜਾਈ, ਦਫ਼ਤਰ ਦੀ ਲੜਾਈ, ਸ਼ਿੰਦੇ ਗਰੁੱਪ ਇੱਕ ਬਣ ਜੇ ਦੂਸਰਾ ਬਣ ਜੇ, ਜਾਂ ਚੌਟਾਲਾ ਗਰੁੱਪ ਦੋ ਹੋ ਜਾਣ, ਉਸ ਤਰੀਕੇ ਦੀ ਤਸਵੀਰ ਅਕਾਲੀ ਦਲ 'ਚ? ਅਕਾਲੀ ਦਲ 'ਚ ਤਾਂ ਇਹੋ ਜਿਹੀ ਗੱਲ ਹੈ ਨਹੀਂ, ਨਾ ਇਹਦੇ ਨਾਲ ਪਾਵਰ ਹੈ ਇਹਨਾਂ ਕੋਲ, ਅਤੇ ਨਾ ਇਹ ਪਾਵਰ 'ਚ ਉੱਥੇ ਉਹਨਾਂ ਨੂੰ ਲਾਭ ਹੈ ਇਸ ਚੀਜ਼ ਦਾ। ਇਸ ਵੇਲੇ ਦੇਖੋ ਸਿਧਾਂਤਿਕ ਲੜਾਈ ਉਹ ਲੜ ਰਹੇ, ਜੋ ਮੇਰਾ ਜਿੰਨਾ ਕੁ ਅਸੀਂ ਦੇਖ ਰਹੇ ਉਹਨਾਂ ਨੂੰ ਆਪਸ ਦੇ ਵਿੱਚ, ਜਾਂ ਜਿੰਨਾ ਕੁ ਸਾਡਾ ਤਜ਼ਰਬਾ ਹੈ ਪਿਛਲੇ ਸਮੇਂ ਤੋਂ, ਉਹ ਜਿੱਦਾਂ ਵਿਚ ਰਹੇ ਨੇ ਜਿਹੜਾ ਤੁਹਾਡਾ ਇਸ ਵੇਲੇ ਜਿਹਨੂੰ ਬਾਗੀ ਕਹਿ ਰਹੇ ਨੇ, ਬਟ ਉਹਨਾਂ ਦਾ ਜਿਹੜਾ ਪ੍ਰਾਪਤਨ ਹੈ ਅਕਾਲੀ ਦਲ ਦੇ ਵਿੱਚ, ਕਿਉਂਕਿ ਅਸੀਂ ਚਲੋ ਹੁਣ ਕਾਂਗਰਸ ਪਾਰਟੀ ਦੇ, ਸਾਡਾ ਉਹਨਾਂ ਦਾ ਕਮੈਂਟ ਕਰਨਾ ਤਾਂ ਨਹੀਂ ਬਣਦਾ, ਪਰ ਉਹਨਾਂ ਦਾ ਬੜਾ ਲੰਬਾ ਸਮਾਂ ਰਿਹਾ ਵਾ ਅਕਾਲੀ ਦਲ ਦੇ ਵਿੱਚ। ਔਰ ਤੁਸੀਂ ਅੱਜ ਉੱਠ ਕੇ ਜੇ ਉਹਨਾਂ ਬਿਆਨ ਦਿੱਤਾ ਹੀ ਹੈ, ਕੋਈ ਗੱਲ ਕੀਤੀ ਹੈ, ਆਪਣੀ ਪਲੇਟਫਾਰਮ 'ਤੇ ਗੱਲ ਕਰ ਲੈਣੀ ਚਾਹੀਦੀ। ਦੂਸਰੇ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਬਹੁਤ ਸਵਾਲ ਉੱਠ ਰਹੇ ਨੇ, ਤੁਹਾਡਾ ਟੇਕ ਇਸ ਦੇ ਉੱਤੇ ਕੀ ਹੈ? ਤੁਹਾਡੀ ਹੀ ਮਾਝੇ ਦੇ ਇੱਕ ਵੱਡੇ ਲੀਡਰ ਨੇ ਸਾਡੇ ਨਾਲ ਥੋੜ੍ਹੇ ਦਿਨ ਪਹਿਲਾਂ ਜੁੜੇ ਹੋਏ ਸੀ, ਰੰਧਾਵਾ ਸਾਹਿਬ, ਉਹ ਕਹਿੰਦੇ ਸੀ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ, ਕੀ ਤੁਸੀਂ ਇਸ ਗੱਲ ਨਾਲ ਇਤਫਾਕ ਰੱਖਦੇ ਹੋ? ਮੈਂ ਇਹ ਸਮਝਣਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ, ਅਕਾਲੀ ਦਲ ਦਾ ਕਾਡਰ ਜਿਹੜਾ, ਜੋ ਠੀਕ ਸਮਝਦਾ ਉਹ ਫੈਸਲਾ ਕਰੇ। ਨਹੀਂ, ਉਹ ਵੱਖੋ ਵੱਖਰੀ ਮੀਟਿੰਗਾਂ ਦੇ ਦੌਰ ਚੱਲ ਪਿਆ। ਚੰਡੀਗੜ੍ਹ 'ਚ ਸੁਖਬੀਰ ਬਾਦਲ ਮੀਟਿੰਗ ਕਰ ਰਹੇ ਆ, ਜਲੰਧਰ 'ਚ ਮਲੂਕਾ, ਹੋਰ ਜਿਹੜੇ ਲੀਡਰ ਨੇ ਸੀਨੀਅਰ ਆਗੂ, ਪੈਰਲਲ ਮੀਟਿੰਗ ਕਰ ਰਹੇ। ਚੰਦੂ ਮਾਜਰਾ ਵੀ ਉਹਨਾਂ ਮਤਾ ਚੰਦੂ ਮਾਜਰਾ ਵੀ ਨੇ ਮਤਾ ਪਾਸ ਕੀਤਾ। ਦੇਖੋ, ਇੱਕ ਗੱਲ ਜੋ ਮੈਨੂੰ ਨਜ਼ਰ ਆ ਰਹੀ, BJP ਦੀ ਇੱਕ ਇੰਟੈਂਸ਼ਨ ਹੈ ਅਕਾਲੀ ਦਲ ਨੂੰ ਹੋਰ ਕਮਜ਼ੋਰ ਕਰਨ। ਤੁਸੀਂ ਜਿਨ੍ਹਾਂ ਦਾ ਨਾਂ ਲਿਆ ਐਂਟੀ ਸੁਖਬੀਰ ਸਿੰਘ ਬਾਦਲ ਜਿਹੜਾ, ਉਹ ਬੇਸਿਕਲੀ ਇਜ਼ ਬੀਂਗ ਪ੍ਰੋਪਟ ਅਪ ਬਾਈ ਦੀ BJP। ਹੁਣ ਮਲੂਕਾ ਸਾਹਿਬ ਦੀ ਨੂੰਹ ਤਾਂ ਲੜ ਰਹੀ ਹੈ ਬਠਿੰਡੇ ਦੀ ਇਲੈਕਸ਼ਨ BJP ਵੱਲੋਂ, ਅਤੇ ਉਹ ਦੂਜੇ ਪਾਸੇ ਮੀਟਿੰਗ ਕਾਲ ਕਰਦੇ ਫਿਰਦੇ, ਤੁਸੀਂ ਆਪੇ ਹੀ ਅਸੈਸਮੈਂਟ ਲਾ ਲਓ ਕਿ ਇਹਨਾਂ ਨੂੰ ਕਿਸ ਪਾਰਟੀ ਦੀ ਸਪੋਰਟ ਹੈ। ਇਹ SGPC 'ਤੇ ਵੀ ਕੰਟਰੋਲ ਕਰਨ ਦੀ BJP ਆਉਂਦੇ ਮਹੀਨਿਆਂ ਵਿੱਚ ਕੋਸ਼ਿਸ਼ ਕਰੇਗੀ। ਅਤੇ ਉੱਧਰ ਆਮ ਆਦਮੀ ਪਾਰਟੀ ਨੇ ਵੀ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਆਪ MP ਮੀਥੇਰ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ, ਉਹਨਾਂ ਕਿਹਾ ਕਿ ਸੁਖਬੀਰ ਬਾਦਲ ਕਾਰਪੋਰੇਟ ਕੰਪਨੀ ਵਾਂਗ ਪਾਰਟੀ ਚਲਾ ਰਹੇ ਨੇ, ਔਰ ਅੱਜ ਅਕਾਲੀ ਦਲ ਹਾਸ਼ੀਏ 'ਤੇ ਪਹੁੰਚ ਚੁੱਕਿਆ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਲੁੱਟ ਕਸੁੱਟ ਦਾ ਮਾਡਲ ਲਿਆਂਦਾ ਔਰ ਪੂਰੇ ਅਕਾਲੀ ਦਲ ਨੂੰ ਤਬਾਹ ਕਰ ਦਿੱਤਾ। ਅਕਾਲੀ ਦਲ ਤੁਸੀਂ ਪੰਜਾਬ 'ਚ ਦੇਖਿਆ ਕਾਫੀ ਜ਼ਿਆਦਾ ਖਲੇਰਾ ਪੈ ਗਿਆ, ਕਿਵੇਂ ਦੇਖਦੇ ਹੋ ਅਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹੋ? ਇੱਕ ਪਾਸੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ, ਇੱਕ ਪਾਸੇ ਕਹਿ ਰਹੇ ਕਿ ਸੁਖਬੀਰ ਬਾਦਲ ਹੀ ਪ੍ਰਧਾਨ ਬਣੇ ਰਹਿਣਗੇ। ਦੇਖੋ, ਅਕਾਲੀ ਦਲ ਉਹ ਪਾਰਟੀ ਹੈ ਜਿਹਨੂੰ ਕਿਹਾ ਜਾਂਦਾ ਵੀ ਸ਼ਹੀਦਾਂ ਦੀ ਜਮਾਤ, ਹੈ ਨਾ, ਕਿਉਂਕਿ ਹਜ਼ਾਰਾਂ ਕੁਰਬਾਨੀਆਂ ਦੇ ਕੇ ਅਕਾਲੀ ਦਲ ਜਿਹੜੀ ਪਾਰਟੀ ਆ ਉਹ ਖੜ੍ਹੀ ਹੋਈ, ਹੈ ਨਾ। ਓਰੀਜਨਲ ਪਾਰਟੀ ਸੀ ਜਿਹੜੀ ਸੂਬੇ ਦੇ ਹੱਕਾਂ ਦੀ ਜਿਹੜੀ ਹਮੇਸ਼ਾ ਗੱਲ ਕਰਦੀ ਸੀ, ਪਰ ਪਿਛਲੇ ਸਮੇਂ 'ਚ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਕਹਿ ਲਓ ਵੀ ਕੁਰਸੀ 'ਤੇ ਬੈਠੇ, ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਅਕਾਲੀ ਦਲ ਨੂੰ ਜਿਹੜਾ ਚਲਾਉਣਾ ਸ਼ੁਰੂ ਕੀਤਾ, ਜਿਹਦੇ ਕਰਕੇ ਕੱਲ੍ਹ